ਉਹ ਬਹੁ ਇਸੇ ਤਰ੍ਹਾਂ ਦਿਖੇਗੀ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਬਣ ਰਹੀ ਲਾਇਬ੍ਰੇਰੀ ਜਿਵੇਂ ਕਿ ਸਿੱਧੂ ਮੂਸੇਵਾਲਾ ਦੇ ਫੈਨਸ ਚੰਗੀ ਤਰ੍ਹਾਂ ਜਾਣਦੇ ਨੇ ਕਿ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਸਿੱਧੂ ਦੀਆਂ ਰਹਿੰਦੀਆਂ ਇੱਛਾਵਾਂ ਤੇ ਉਸ ਦੀ ਸੋਚ ਨੂੰ ਵਧਾਵਾ ਦੇਣ ਦੇ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਪਿੰਡ ਮੂਸੇ ਦੀਆਂ ਤਸਵੀਰਾਂ ਨੇ ਜਿੱਥੇ ਲਾਇਬ੍ਰੇਰੀ ਬਣ ਰਹੀ ਹੈ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਦੇ ਵਿੱਚ ਤਾਂ ਉਸ ਦੀ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੀ ਜੋ ਪੁਸਤਕ ਘਰ ਕਰਾਚੋ ਸੰਗਰੂਰ ਦੇ ਵਿੱਚ ਬਣਿਆ ਹੋਇਆ ਹੂਬ ਹੂ ਇਸੇ ਤਰ੍ਹਾਂ ਦਿਖੇਗੀ ਉਹ ਲਾਇਬ੍ਰੇਰੀ ਤੁਹਾਨੂੰ ਅੱਜ ਇਸ ਲਾਇਬ੍ਰੇਰੀ ਦੀ ਤਸਵੀਰ ਚੰਗੇ ਤਰੀਕੇ ਨਾਲ ਸਮਝਾ ਦਿੰਨੇ ਆ ਵੀ ਕਿਸ ਤਰੀਕੇ ਦਿਖੇਗੀ ਉਹ ਲਾਇਬ੍ਰੇਰੀ ਪਹਿਲਾਂ ਦੱਸ ਦਿੰਨੇ ਆ ਵੀ ਭਗਵੰਤ ਮਾਨ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ ਸੀ ਤੇ ਇਹ ਕਰਾਚੋ ਦੇ ਵਿੱਚ ਲਾਇਬ੍ਰੇਰੀ ਬਣਾਈ ਗਈ ਹੈ ਲਾਇਬ੍ਰੇਰੀ ਹਾਲਾਕਿ ਬੰਦ ਸੀ ਤੇ ਪਰ ਤੁਹਾਨੂੰ ਇਹ ਦਿਖਾ ਦਿੰਨੇ ਆ ਵੀ ਕਿਸ ਤਰੀਕੇ ਨਾਲ ਜਿਵੇਂ ਇਸ ਲਾਇਬ੍ਰੇਰੀ ਦੇ ਪਿੱਛੇ ਇੱਕ ਗਰਾਊਂਡ ਹੈ ਤਾਂ ਉਸੇ ਤਰ੍ਹਾਂ ਸਿੱਧੂ ਮੂਸੇਵਾਲਾ ਦੀ ਲਾਇਬ੍ਰੇਰੀ ਦੇ ਪਿੱਛੇ ਵੀ ਇੱਕ ਗਰਾਊਂਡ ਬਣੇਗਾ ਜਾਂ ਤਾਂ ਉਹ ਬਾਲੀਵਾਲ ਦਾ ਹੋ ਸਕਦਾ ਹੈ ਜਾਂ ਕੋਈ ਹੋਰ ਗੇਮ ਦੇ ਲਈ ਹੋ ਬੱਚਿਆਂ ਦੇ ਖੇਡਣ ਦੇ ਲਈ ਪਰਿਵਾਰ ਵੱਲੋਂ ਪ੍ਰਾਰਲਾ ਕੀਤਾ ਗਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਨੇ ਵੀ ਕਰਾਚੋ ਦੇ ਵਿੱਚ ਇਹ ਲਾਇਬ੍ਰੇਰੀ ਵੀ ਜਿਹੜੀ ਬਣੀ ਹੈ ਉਹ ਮੂਸੇ ਦੇ ਵਿੱਚ ਵੀ ਹੂਬ ਹੂ ਇਹੀ ਦ੍ਰਿਸ਼ ਜਿਹੜਾ ਉਹ ਦਰਸਾਇਆ ਜਾਏਗਾ ਉਹੀ ਸੀਨ ਫਿਰ ਤੋਂ ਜਿਹੜਾ ਦਿਖਾਇਆ ਜਾਏਗਾ ਦੇਖ ਸਕਦੇ ਹੋ ਤੁਹਾਡੇ ਨਾਲ ਇਹ ਜਿਹੜਾ ਲਾਲ ਅੱਖਰਾਂ ਦੇ ਵਿੱਚ ਲਾਲ ਪੱਟੀ ਦੇ ਉੱਪਰ 골ਡਨ ਅੱਖਰਾਂ ਦੇ ਵਿੱਚ ਨਾਮ ਲਿਖਿਆ ਉੱਥੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਲਿਖਿਆ ਉੱਥੇ ਜਿੱਥੇ ਸਰਦਾਰ ਭਗਤ ਸਿੰਘ ਦੀ ਫੋਟੋ ਤੁਸੀਂ ਦੇਖ ਰਹੇ ਹੋ ਇੱਥੇ ਸਿੱਧੂ ਮੂਸੇਵਾਲਾ ਦੀ ਫੋਟੋ ਲੱਗੇਗੀ ਕਿਉਂਕਿ ਪਰਿਵਾਰ ਨੇ ਇਸ ਨਕਸ਼ੇ ਦੇ ਬਿਹਾਫ ਤੇ ਹੀ ਜਿਹੜਾ ਸਾਰੀ ਕੰਟਰੈਕਟ ਕੀਤਾ ਤੇ ਉਸੇ ਦੇ ਮੁਤਾਬਕ ਹੀ ਸਾਰਾ ਜਿਹੜਾ ਲਾਇਬ੍ਰੇਰੀ ਦਾ ਕੰਮ ਚੱਲ ਰਿਹਾ ਦੇਖ ਸਕਦੇ ਹੋ ਹੁਣ ਤੁਹਾਡੇ ਨਾਲ ਪਿੰਡ ਮੂਸੇ ਦੀਆਂ ਤਸਵੀਰਾਂ ਵੀ ਸਾਂਝੀਆਂ ਕਰਾਂਗੇ ਇਸੇ ਤਰ੍ਹਾਂ ਅੱਗੇ ਜਗ੍ਹਾ ਬਣੇਗੀ ਤੇ ਪਿੱਛੇ ਲਾਇਬ੍ਰੇਰੀ ਬਣੇਗੀ ਤੇ ਕੰਮ ਜਿਹੜਾ ਸ਼ੁਰੂ ਕਰਵਾ ਦਿੱਤਾ ਗਿਆ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਜਿਹੜਾ ਨੀ ਪੱਥਰ ਵੀ ਰੱਖਿਆ ਗਿਆ ਸੀ ਆ ਤਸਵੀਰਾਂ ਤੁਹਾਡੇ ਨਾਲ ਉਸ ਜਗ੍ਹਾ ਦੀਆਂ ਸਾਂਝੀਆਂ ਕਰ ਰਹੇ ਆ ਇਹ ਜਿਹੜੇ ਪਿੱਲਰ ਤੁਸੀਂ ਦੇਖ ਰਹੇ ਹੋ ਇੱਥੇ ਇੱਥੇ ਛੱਤ ਪੈ ਕੇ ਉਹੀ ਹੁਬਹੂ ਦ੍ਰਿਸ਼ ਦਰਸਾਇਆ ਜਾਏਗਾ ਸੜਕ ਤੋਂ ਇਨੀ ਦੂਰੀ ਹੋਵੇਗੀ ਸਾਰਾ ਪ੍ਰਬੰਧ ਜਿਸੇ ਤਰੀਕੇ ਨਾਲ ਇੱਥੇ ਤੁਸੀਂ ਦੇਖ ਰਹੇ ਹੋ ਉਸੇ ਤਰ੍ਹਾਂ ਦਾ ਸਾਰਾ ਪ੍ਰਬੰਧ ਪਿੰਡ ਮੂਸਾ ਦੇ ਵਿੱਚ ਉਸ ਲਾਇਬ੍ਰੇਰੀ ਦੇ ਵਿੱਚ ਕੀਤਾ ਜਾਵੇਗਾ ਦੱਸਿਆ ਇਹ ਵੀ ਗਿਆ ਹੈ ਕਿ ਉੱਥੇ ਜਿਹੜੀਆਂ ਕਿਤਾਬਾਂ ਨੇ ਉਹਨਾਂ ਦੇ ਰੈਕ ਵੀ ਤਿਆਰ ਕਰਵਾਏ ਜਾਣਗੇ ਤੇ ਚੰਗੇ ਤਰੀਕੇ ਦੇ ਨਾਲ ਹਰ ਇੱਕ ਕਿਤਾਬ ਨੂੰ ਤਰਤੀਬ ਵਾਰ ਰੱਖਿਆ ਜਾਏਗਾ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਸਿੱਧੂ ਦੀਆਂ ਖੁਆਇਸ਼ਾਂ ਨੂੰ ਪੂਰਾ ਕੀਤਾ ਜਾ ਰਿਹਾ ਜਿਵੇਂ ਸਿੱਧੂ ਸੋਚਦਾ ਸੀ ਕਿ ਪੰਜਾਬ ਤਰੱਕੀ ਕਰੇ ਪੰਜਾਬ ਪੜ੍ਹਿਆ ਲਿਖਿਆ ਹੋਵੇ ਤਾਂ ਉਸੇ ਤਰ੍ਹਾਂ ਦੀਆਂ ਕੁਝ ਅਗਾ ਵਧੂ ਸੋਚਾਂ ਨੂੰ ਵਧਾਉਣ ਦੇ ਲਈ ਪਰਿਵਾਰ ਨੇ ਉਪਰਾਲਾ ਕੀਤਾ ਤੇ ਹੁਬਹੂ ਇਸੇ ਤਰ੍ਹਾਂ ਜਿਹੜੀ ਹੈ ਲਾਇਬ੍ਰੇਰੀ ਦਿਖੇਗੀ ਤੁਹਾਡੇ ਨਾਲ ਉਹ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ ਸਭ ਤੋਂ ਪਹਿਲਾਂ ਜਿਸ ਨੇ ਸਾਡਾ ਚੈਨਲ ਜਿਹੜਾ ਹੈ ਉਹ ਫੋਲੋ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਇਸੇ ਤਰ੍ਹਾਂ ਦੀਆਂ ਕਹਾਣੀਆਂ ਸਟੋਰੀਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰਦੇ ਰਹੋ ਤੇ ਪਿੱਲਰ ਦੇਖ ਸਕਦੇ ਹੋ ਵੀ ਕਿੰਨੀ ਮਜ਼ਬੂਤੀ ਜਿਹੜੀ ਹੈ ਉਹ ਲਾਇਬ੍ਰੇਰੀ ਦੇ ਵਿੱਚ ਜਿਹੜੀਆਂ ਪਿੱਲਰ ਹੋਣਗੇ ਉਹ ਕਿੰਨੀ ਮਜ਼ਬੂਤੀ ਦੇ ਨਾਲ ਤਿਆਰ ਕੀਤੇ ਜਾ ਰਹੇ ਨੇ ਪਰਿਵਾਰ ਵੱਲੋਂ ਜਿਹੜਾ ਇਸ ਕਦਮ ਨੂੰ ਕਹਿ ਸਕਦੇ ਆਂ ਵੀ ਬਹੁਤ ਚੰਗਾ ਕਦਮ ਹੈ ਕਿਉਂਕਿ ਕਿਸੇ ਦੇ ਚਲੇ ਜਾਣ ਤੋਂ ਬਾਅਦ ਕੁਝ ਹੀ ਲੋਕ ਹੁੰਦੇ ਨੇ ਜਿਨ੍ਹਾਂ ਦੀ ਯਾਦਗਾਰੀ ਦੇ ਵਿੱਚ ਕੁਝ ਗੇਟ ਬਣਾਏ ਜਾਂਦੇ ਨੇ ਪਰ ਗੇਟ ਦੀ ਜਗ੍ਹਾ ਕੁਝ ਲਾਇਬ੍ਰੇਰੀਆਂ ਕੁਝ ਅਜਿਹੇ ਆਸ਼ੀਆ ਨੇ ਜਿਨ੍ਹਾਂ ਦੀ ਮਦਦ ਨਾਲ ਕਿਸੇ ਗਰੀਬ ਦਾ ਸਹਾਰਾ ਹੋ ਸਕੇ ਕਿਸੇ ਲੋੜਵੰਦ ਦਾ ਸਹਾਰਾ ਹੋ ਸਕੇ ਅਜੇ ਹੀ ਸੋਚ ਸੀ ਸਿੱਧੂ ਦੀ ਸਿੱਧੂ ਅਕਸਰ ਕਹਿੰਦਾ ਸੀ ਕਿ ਜੇ ਮਤਲਬ ਕੰਮ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਹਰ ਇੱਕ ਵਿਅਕਤੀ ਜੋ ਲੋੜ ਵੰਦਾ ਉਸ ਨੂੰ ਕੰਮ ਲਾ ਦਾਂਗੇ ਪਿੰਡ ਮੂਸੇ ਦੇ ਵਿੱਚ ਸਟੂਡੀਓ ਬਣਾਵਾਂਗੇ ਤੇ ਫਿਲਮ ਸਿਟੀ ਜਿਹੜੀ ਹੈ ਉਹ ਪਿੰਡ ਮੂਸੇ ਹੋਵੇਗੀ ਹਾਲਾਂਕਿ ਸਿੱਧੂ ਦੇ ਸੁਪਨੇ ਬਹੁਤ ਵੱਡੇ ਸੀ ਪਰ ਪਰਿਵਾਰ ਵੱਲੋਂ ਉਹਨਾਂ ਸੁਪਨਿਆਂ ਦੀ ਡੋਰ ਨੂੰ ਸ਼ੁਰੂਆਤ ਕਰ ਦਿੱਤੀ ਗਈ ਹੈ ਤੇ ਉਹ ਸ਼ੁਰੂਆਤੀ ਦੌਰ ਇਹ ਹੈ ਕਿ ਪਿੰਡ ਦੇ ਵਿੱਚ ਲਾਈਬ੍ਰੇਰੀ ਬਣ ਜਾ ਰਹੀ ਹੈ ਹੁਬਹੁ ਇਸ ਲਾਈਬ੍ਰੇਰੀ ਦੀ ਤਰ੍ਹਾਂ ਤੇ ਦੇਖ ਸਕਦੇ ਹਾਂ ਸ਼ਹੀਦ ਭਗਤ ਸਿੰਘ ਇਹ ਲਾਈਬ੍ਰੇਰੀ ਕਰਾਚੋ ਦੇ ਵਿੱਚ ਹੈ ਤੇ ਇਸੇ ਤਰ੍ਹਾਂ ਦੀ ਲਾਈਬ੍ਰੇਰੀ ਹੁਣ ਪਿੰਡ ਮੂਸਾ ਦੇ ਵਿੱਚ ਮਾਨਸਾ ਦੇ ਵਿੱਚ ਬਣ ਰਹੀ ਹੈ ਸਿੱਧੂ ਮੂਸੇਵਾਲਾ ਦੀ ਯਾਦ ਦੇ ਵਿੱਚ ਸਿੱਧੂ ਦੇ ਸੁਪਨੇ ਆ ਨੂੰ ਪੂਰਾ ਕੀਤਾ ਜਾ ਰਿਹਾ ਹੈ ਸਿੱਧੂ ਦੇ ਫੈਨਜ਼ ਲਗਾਤਾਰ ਇਹ ਦੇਖ ਰਹੇ ਸੀ ਵੀ ਇਸ ਜਗ੍ਹਾ ਦੇ ਉੱਪਰ ਜੋ ਲਾਈਬ੍ਰੇਰੀ ਹੈ ਉਹ ਕਿਸ ਤਰੀਕੇ ਦੀ ਦਿਖੇਗੀ ਤਾਂ ਉਹ ਵੀਡੀਓ ਬਣਾਉਣ ਦੇ ਲਈ ਤੁਹਾਨੂੰ ਦਿਖਾਉਣ ਦੇ ਲਈ ਵੀ ਇਸੇ ਤਰ੍ਹਾਂ ਜਿਹੜੀ ਲਾਇਬ੍ਰੇਰੀ ਆ ਉਹ ਦਿਖੇਗੀ ਬਿਲਕੁਲ ਉਸੇ ਤਰ੍ਹਾਂ ਦੀ ਤਸਵੀਰ ਤੁਹਾਡੇ ਨਾਲ ਪਹਿਲਾਂ ਵੀ ਫੇਸਬੁੱਕ ਪੇਜ ਦੇ ਉੱਪਰ ਸਾਂਝੀ ਕੀਤੀ ਸੀ ਤੇ ਹੁਣ ਤੁਸੀਂ ਵੀਡੀਓ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵੀ ਜੋ ਜਗ੍ਹਾ ਜਿਸ ਤਰੀਕੇ ਦੇ ਨਾਲ ਤਿਆਰ ਕੀਤੀ ਗਈ ਹੈ ਤਾਂ ਲਾਇਬ੍ਰੇਰੀ ਦੇ ਵਿੱਚ ਉਹੀ ਜਗ੍ਹਾ ਸੇਮ ਹੂ ਬਹੂ ਕਰਾਚੋ ਦੇ ਵਿੱਚ ਬਣੀ ਲਾਇਬ੍ਰੇਰੀ ਦੀ ਤਰ੍ਹਾਂ ਹੋਵੇਗਾ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਲਗਾਤਾਰ ਸਿੱਧੂ ਦੀ ਸੋਚ ਨੂੰ ਵਧਾਉਣ ਦੇ ਲਈ ਤੇ ਸਿੱਧੂ ਦੀ ਸੋਚ ਨੂੰ ਅੱਗੇ ਚਲਾਉਣ ਦੇ ਲਈ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਜਦੋਂ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਪਹੁੰਚਦੇ ਨੇ ਕਿਸੇ ਵੀ ਪ੍ਰਬੰਧਕ ਵੱਲੋਂ ਜਦੋਂ ਕਿਤੇ ਬੁਲਾਇਆ ਜਾਂਦਾ ਤਾਂ ਉੱਥੇ ਸਭ ਤੋਂ ਪਹਿਲੀ ਗੱਲ ਇਹੀ ਕਹਿੰਦੇ ਨੇ ਕਿ ਸਿੱਧੂ ਮੂਸੇਵਾਲਾ ਸਾਡੇ ਵਿੱਚ ਨਹੀਂ ਪਰ ਫੈਨਜ਼ ਨੇ ਜਿੰਨਾ ਸਿੱਧੂ ਨੂੰ ਪਿਆਰ ਦਿੱਤਾ ਸਾਨੂੰ ਪਿਆਰ ਦਿੱਤਾ ਉਸ ਦਾ ਅਸੀਂ ਕਦੇ ਵੀ ਦੇਣ ਨਹੀਂ ਦੇ ਸਕਦੇ ਕਿਉਂਕਿ ਸਿੱਧੂ ਦੇ ਫੈਨਜ਼ ਇੱਕ ਗੱਲ ਬਖੂਬੀ ਜਾਣਦੇ ਨੇ ਕਿ ਸਿੱਧੂ ਦੇ ਵਿੱਚ ਉਹ ਕਲਾ ਸੀ ਉਸ ਨੇ ਕਦੇ ਵੀ ਛੇਖੀ ਨਹੀਂ ਮਾਰੀ ਤੇ ਫੜ ਨਹੀਂ ਮਾਰੀ ਕਿ ਉਸ ਕੋਲ ਪੈਸੇ ਨੇ ਉਸ ਕੋਲ ਕਲਾ ਸਿੱਧੂ ਹਮੇਸ਼ਾ ਕਹਿੰਦਾ ਸੀ ਵੀ ਡਾਊਨ ਟੂ ਅਰਥ ਰਹਿਣੇ ਆ ਖੇਤਾਂ ਦੇ ਵਿੱਚ ਰਹਿਣੇ ਆ ਚੱਪਲਾਂ ਪਾਉਣੇ ਆ ਕੁੜਤੇ ਪਾਉਣੇ ਆ ਮਹਿੰਗੇ ਲੀੜੇ ਨਹੀਂ ਪਾਏ ਤਾਂ ਉਸੇ ਤਰ੍ਹਾਂ ਪਰਿਵਾਰ ਵੀ ਉਸੇ ਸੋਚ ਦੇ ਉੱਪਰ ਚੱਲਦਾ ਤੇ ਸਿੱਧੂ ਦੀ ਸੋਚ ਨੂੰ ਹੋਰ ਅੱਗੇ ਵਧਾਉਣ ਦੇ ਲਈ ਤਾਂ ਜੋ ਲੋਕਾਂ ਲਈ ਕੁਝ ਪ੍ਰੇਰਨਾ ਸਰੋਤ ਬਣ ਸਕਣ ਲੋਕਾਂ ਨੂੰ ਕੁਝ ਸਮਝ ਆ ਸਕੇ ਕਿ ਕਦੇ ਵੀ ਪੈਸਾ ਸਭ ਕੁਝ ਨਹੀਂ ਹੁੰਦਾ ਸਿੱਧੂ ਲਾਈਵਜ਼ ਦੇ ਵਿੱਚ ਵੀ ਇਹੀ ਗੱਲ ਕਹਿੰਦਾ ਹੁੰਦਾ ਸੀ ਕਿ ਪੈਸਾ ਹਮੇਸ਼ਾ ਤੁਹਾਡੇ ਸਾਥ ਨਹੀਂ ਜਾਵੇਗਾ ਪਰ ਜਿੰਨਾ ਨਾਮ ਤੁਸੀਂ ਫੇਮ ਕਮਾ ਸਕਦੇ ਹੋ ਆਪਣੀ ਕਲਾ ਦੇ ਨਾਲ ਉਹ ਤੁਹਾਡੇ ਜਿਉਣ ਤੋਂ ਬਾਅਦ ਵੀ ਜਿਹੜਾ ਨਾਲ ਚੱਲੇਗਾ ਤੇ ਉਹੀ ਗੱਲ ਹੋਈ ਹੈ ਵੀ ਸਿੱਧੂ ਮੂਸੇਵਾਲਾ ਅਮਰ ਵੀ ਇਹਨਾਂ ਗੱਲਾਂ ਕਰਕੇ ਹੋਇਆ ਕਿਉਂਕਿ ਉਸਨੇ ਆਪਣੀ ਜਿਹੜੀ ਅਸਲੀਅਤ ਸੀ ਉਹ ਗੀਤਾਂ ਦੇ ਜ਼ਰੀਏ ਪਹਿਲਾਂ ਹੀ ਗਾ ਚੁੱਕਾ ਸੀ ਕਿਤੇ ਨਾ ਕਿਤੇ ਉਹ ਦਰਦ ਸਿੱਧੂ ਦੇ ਸੀਨੇ ਦੇ ਵਿੱਚ ਸੀ ਤੇ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਜੋ ਜੱਟ ਅਣਖਾਂ ਦੀ ਗੱਲ ਕਰਦਾ ਸੀ ਅਣਖ ਨਾਲ ਸੀਨਾ ਦਿਖਾ ਕੇ ਸੀਨੇ ਤੇ ਗੋਲੀਆਂ ਖਾਦੀਆਂ ਕਿਉਂਕਿ ਗੈਂਗਸਟਰਾਂ ਵੱਲੋਂ ਪੂਰੀ ਪਲਾਨਿੰਗ ਕੀਤੀ ਗਈ ਸਿੱਧੂ ਨੂੰ ਨਹੀਂ ਪਤਾ ਸੀ ਉਸ ਬਾਰੇ ਤੇ ਅਕਸਰ ਉਸਨੇ ਗੀਤਾਂ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਵੀ ਜੇ ਦੱਸ ਕੇ ਆਉਂਗੇ ਤਾਂ ਕੱਖ ਨਹੀਂ ਛੱਡਣਾ ਤੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਲਗਾਤਾਰ ਉਸਦੀ ਸੋਚ ਨੂੰ ਹੋਰ ਅੱਗੇ ਵਧਾਉਣ ਦੇ ਲਈ ਇਹ ਉਪਰਾਲੇ ਕੀਤੇ ਜਾ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਲਾਇਬ੍ਰੇਰੀ ਜਿਹੜੀ ਹੈ ਉਹ ਪਿੰਡ ਕਰਾਚੋ ਦੇ ਵਿੱਚ ਹੈ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਜੋ ਲਾਇਬ੍ਰੇਰੀ ਬਣਨੇ ਜਾ ਰਹੀ ਹੈ ਪਰਿਵਾਰ ਦੇ ਬਹੁਤ ਸਾਰੇ ਸੁਪਨੇ ਨੇ ਸਿੱਧੂ ਦੇ ਜੋ ਸੁਪਨੇ ਸੀ ਉਹਨਾਂ ਨੂੰ ਪੂਰੇ ਕਰਨ ਦੇ ਹੋਲੋਗ੍ਰਾਮ ਵੀ ਜਲਦੀ ਬਣ ਕੇ ਤਿਆਰ ਹੋ ਜਾਏਗਾ ਤੇ ਸਿੱਧੂ ਦੇ ਜਨਮ ਦਿਨ ਮੌਕੇ ਹੋਲੋਗ੍ਰਾਮ ਵੀ ਜਿਹੜਾ ਹੈ ਪਹਿਲਾ ਸ਼ੋਅ ਦੱਸਿਆ ਜਾ ਰਿਹਾ ਵੀ ਲਗਾਇਆ ਜਾਵੇਗਾ ਤੇ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਨ ਵਾਲੇ ਜਿੰਨੇ ਵੀ ਫੈਨਸ ਨੇ ਸਾਰਿਆਂ ਦੀ ਉਡੀਕ ਜਲਦੀ ਖਤਮ ਹੋ ਜਾਏਗੀ ਤੇ ਸਿੱਧੂ ਮੂਸੇਵਾਲਾ ਦੀ ਜਿੱਥੇ ਪਿੰਡ ਦੇ ਵਿੱਚ ਯਾਦਗਾਰ ਹਵੇਲੀ ਦੇਖਣ ਦੇ ਲਈ ਲੋਕ ਆਉਂਦੇ ਨੇ ਉੱਥੇ ਹੀ ਇਸ ਲਾਇਬ੍ਰੇਰੀ ਤੇ ਬਣ ਰਹੇ ਸਟੇਡੀਅਮ ਨੂੰ ਦੇਖਣ ਦੇ ਲਈ ਵੀ ਲੋਕਾਂ ਦਾ ਆਉਣਾ ਜਾਣਾ ਸ਼ੁਰੂ ਹੋ ਜਾਣਾ ਕਿਉਂਕਿ ਸਿੱਧੂ ਨਾਲ ਜੁੜੀ ਹਰ ਇੱਕ ਅਪਡੇਟ ਉਸਦੇ ਫੈਨਸ ਚਾਹੁੰਦੇ ਨੇ ਸਿੱਧੂ ਦੇ ਫੈਨਸ ਸਿੱਧੂ ਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਨੇ ਕਿ ਜਦੋਂ ਵੀ ਉਹ ਹਵੇਲੀ ਪਹੁੰਚਦੇ ਨੇ ਪਿੰਡ ਮੂਸਾ ਪਹੁੰਚਦੇ ਨੇ ਤਾਂ ਸਿੱਧੂ ਦੀ ਯਾਦਗਾਰ ਤੇ ਪਹੁੰਚ ਕੇ ਦیدار ਕਰਦੇ ਨੇ ਉਸ ਹੀਰੇ ਦਾ ਸਿੱਧੂ ਚਾਹੁੰਦਾ ਸੀ ਕਿ ਉਸ ਦੇ ਫੈਨ ਪੜ੍ਹੇ ਲਿਖੇ ਹੋਣ ਤੇ ਪੰਜਾਬ ਤਰੱਕੀ ਕਰੇ ਇਹੀ ਸੋਚ ਨੂੰ ਲੈ ਕੇ ਪਰਿਵਾਰ